ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੌਕ ਕਰਨਾ ਬਿਕੋਜ਼ ਅਸੀਂ ਕੰਸਿਸਟੈਂਟਲੀ ਸੋ ਪਹਿਲਾਂ ਅਸੀਂ ਸਟਾਰਟ ਕਰ ਰਹੇ ਹਾਂ ਖੈਪ ਰੇਜ਼ਿਜ਼ ਸਿਟਿਡ ਖੈਪ ਰੇਜ਼ਿਜ਼ ਸੋ ਅਸੀਂ ਇਹਦੇ ਕਰਾਂਗੇ 3 ਸੈਟ 15-20 ਰੈਪਸ ਐਸੇ ਤਾਂ ਇਲੈਕਟ ਕਰਨੀ ਸੀ ਸਿੰਸ ਸਾਰੇ ਸਕੁਆਡ ਰੈਕ ਬਿਜ਼ੀ ਆ ਸੋ ਅਸੀਂ ਦੂਜੇ ਪਾਸੇ ਘਰ ਜਾ ਕੇ ਕਰ ਲੈਂਦੇ ਹਾਂ ਅਸੀਂ ਤਾਂ ਫ੍ਰੀ ਸਕੁਆਡ 'ਚ ਲਾਉਣੀ ਆ ਲੈਟਸ ਅਸੀਂ ਕੁਝ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਅੱਜ ਜੋ ਅਸੀਂ ਵਰਕਆਊਟ ਕਰਨ ਲੱਗੇ ਹਾਂ ਨਿਊ ਵਲੌਗ ਹੈ ਸੋ ਵੀ ਡੂਇੰਗ ਲਾਈਕ ਕੁਆਡਸ ਟੂਡੇ ਇੱਕ ਜਿਵੇਂ ਪਰਸਨਲ ਟ੍ਰੇਨਿੰਗ ਦਾ ਸੈਸ਼ਨ ਲੈ ਕੇ ਆਇਆ ਇੱਕ ਹੁਣ ਜਾਣਾ ਲੈਣ ਆਈ ਹੈਵ ਲਾਈਕ 40 ਮਿੰਟਸ ਅਬਾਊਟ ਸੋ ਉਹਦੇ 'ਚ ਅਸੀਂ ਵਿਲ ਟਰਾਈ ਟੂ ਡੂ ਲੈਗਸ ਵਰਕਆਊਟ ਲੈਗਸ ਵੀ ਵੱਡਾ ਮਸਲ ਹੈ ਸੋ ਵੀ ਹੈਵ ਟੂ ਹੈਵ ਲਾਈਕ ਮੇਕ ਸ਼ੋਰ ਯੂ ਹੈਵ ਅ ਬੈਲਟ ਵਿਦ ਯੂ ਯੂ ਹੈਵ ਫਲੈਟ ਫੀਟ ਸ਼ੂਜ ਲਾਈਕ ਦਿਸ ਅੱਜ ਅਸੀਂ ਥੋੜ੍ਹਾ ਸ਼ੌਕ ਵਾਲਾ ਵਰਕਆਊਟ ਕਰਨਾ ਲੈਗਸ ਨੂੰ ਥੋੜ੍ਹਾ ਜਿਹਾ ਸ਼ੌਕ ਕਰਨਾ ਬਿਕੋਜ਼ ਅਸੀਂ ਕੰਸਿਸਟੈਂਟਲੀ ਇੱਕ ਤਰੀਕੇ ਦੀ ਟ੍ਰੇਨਿੰਗ ਕਰ ਰਹੇ ਹਾਂ ਵਿਦ ਵੇਟਸ ਜਾਂ ਜੇ ਅਸੀਂ ਵੇਟਿਡ ਸਕੁਆਟਸ ਨਾ ਕਰਕੇ ਅਸੀਂ ਫ੍ਰੀ ਸਕੁਆਟਸ ਲਾਵਾਂਗੇ ਵੀ ਕੈਨ ਡੂ ਲਾਈਕ 300 ਫ੍ਰੀ ਸਕੁਆਟਸ ਲੈਟਸ ਗੋ ਸਟਾਰਟ ਦ ਵਰਕਆਊਟ ਕਮ ਔਨ ਸੋ ਪਹਿਲਾਂ ਅਸੀਂ ਸਟਾਰਟ ਕਰ ਰਹੇ ਹਾਂ ਖੈਪ ਰੇਜ਼ਿਜ਼ ਸਿਟਿਡ ਖੈਪ ਰੇਜ਼ਿਜ਼ ਸੋ ਅਸੀਂ ਇਹਦੇ ਕਰਾਂਗੇ 3 ਸੈਟ 15-20 ਰੈਪਸ ਬਿਕੋਜ਼ ਮੈਂ ਥੋੜ੍ਹਾ ਕਾਫ ਤੋਂ ਪਹਿਲਾਂ ਸਟਾਰਟ ਕਰਦਾ ਜਿਹਦੇ ਵਿੱਚ ਮੇਰਾ ਕਾਫ ਥੋੜ੍ਹਾ ਜਿਹਾ ਵੀਕ ਹੈ ਇਸ ਕਰਕੇ ਸਟਾਪ ਰਿਕਾਰਡਿੰਗ ਵੈਸੇ ਤਾਂ ਇਲੈਕਟ ਕਰਨੀ ਸੀ ਸਿੰਸ ਸਾਰੇ ਸਕੁਆਡ ਰੈਕ ਬਿਜ਼ੀ ਆ ਸੋ ਅਸੀਂ ਦੂਜੇ ਪਾਸੇ ਘਰ ਜਾ ਕੇ ਕਰ ਲੈਂਦੇ ਹਾਂ ਅਸੀਂ ਤਾਂ ਫ੍ਰੀ ਸਕੁਆਡ 'ਚ ਲਾਉਣੀ ਆ ਲੈਟਸ ਸੀ 250 ਤੋਂ ਲੈ ਕੇ 350 ਜਿੰਨੇ ਲੱਗ ਸਨ ਟਰਾਈ ਸ਼ੌਕ ਵੀ ਹੋ ਜਾਏਗਾ ਲੈਗਸ ਨੂੰ ਸ਼ੌਕ ਵੀ ਮਿਲ ਜਾਏਗਾ ਕਿਉਂਕਿ ਮਾਇੰਡ ਤੁਹਾਨੂੰ ਪਤਾ ਹੀ ਆ ਬੜਾ ਅਡੈਪਟਿਵ ਜਿਹਾ ਹੁੰਦਾ ਸੋ ਇਫ ਯੂ ਕੀਪ ਔਨ ਡੂਇੰਗ ਸੇਮ ਕਾਇੰਡ ਆਫ ਵਰਕਆਊਟ ਤਾਂ ਥੋੜ੍ਹਾ ਜਿਹਾ ਐਂਥੂਸੀਆਜ਼ਮ ਔਰ ਡੋਪਾਮਾਈਨ ਕੱਟ ਜਾਂਦਾ ਸੋ ਇਫ ਯੂ ਡੂ ਸ਼ੌਕ ਦੈਨ ਇਟਸ ਗੁੱਡ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ 10 ਸੈੱਟ ਕਰਨੇ ਆ 30-30 ਰੈਪ ਦੇ 6 ਦੋ ਹੀ ਸੈੱਟ ਹੋਏ ਆ 30-30 ਰੈਪਸ ਦੇ ਪਰ ਇੰਨਾ ਬਲੱਡ ਫਲੋ ਹੋ ਰਿਹਾ ਨਾ ਹੁਣ ਲੈਗਸ ਵੱਲ 300 ਰੈਪਸ ਨੂੰ ਆਲਮੋਸਟ ਲਾਈਕ 15 ਮਿੰਟ ਲੱਗਣੇ ਚਾਹੀਦੇ ਆਓ ਯੂ ਟੋਟਲ ਬਸ 225 ਰੈਪ ਹੋ ਪਾਏ ਸਕੁਆਟਸ ਫ੍ਰੀ ਸਕੁਆਟਸ ਤੇ ਲੈਗਸ ਆ ਕ੍ਰੈਂਪਿੰਗ ਵੈਰੀ ਬੈਡ ਵੈਸੇ ਤਾਂ ਮੈਂ ਲਾਈਕ ਸਕੁਆਟ ਲਾ ਲੈਂਦਾ 185-190 ਕਿਲੋ ਦੀ ਪਰ ਜਦੋਂ ਤੁਸੀਂ ਇੱਕ ਟ੍ਰੇਨਿੰਗ ਦੇ ਹੈਵੀ ਟ੍ਰੇਨਿੰਗ ਦੇ ਆਦਿ ਹੋ ਗਏ 5-6 ਹਫਤੇ ਲਗਾ ਕੇ ਤੁਸੀਂ ਡੂ ਰੈਪਸ ਇਨ ਬਿਟਵੀਨ ਸ਼ੌਕ ਯੂਰ ਬਾਡੀ ਉਹ ਮੇਰੇ ਨਾਲ ਉਹੀ ਹੋ ਰਿਹਾ ਅੱਛਾ ਉਹ ਪ੍ਰੋਪਰ ਕ੍ਰੈਂਪ ਪੈ ਰਹੇ ਆ ਆਲਰੇਡੀ ਸੋ ਵਿਦ ਬਲੱਡ ਇੱਕਦਮ ਬਹੁਤ ਜ਼ਿਆਦਾ ਫਲੋ ਕਰ ਰਿਹਾ ਐਂਡ ਟ੍ਰੇਨਿੰਗ ਹੈਵੀ ਲਾ ਲਾ ਕੇ ਮਸਲਸ ਜਿਹੜੇ ਨੇ ਫਾਸਟ ਟਵਿਚ ਹੋ ਜਾਂਦੇ ਆ ਸੋ ਵੈਨ ਯੂ ਵਾਂਟ ਟੂ ਡੂ ਰੈਪੀਟੀਸ਼ਨ ਤੁਹਾਡੇ ਮਸਲ ਸਲੋ ਟਵਿਚ ਹੋਣੇ ਚਾਹੀਦੇ ਆ ਮੇਰੇ ਨਾਲ ਉਹ ਕ੍ਰੈਂਪ ਬਾਰ ਬਾਰ ਤਾਂ ਹੀ ਪੈ ਰਹੇ ਕਿਉਂਕਿ ਇੰਨੇ ਰੈਪਸ ਦੀ ਆਦਤ ਨਹੀਂ ਹੈ 250-300 ਰੈਪਸ ਦੀ ਬਟ ਆਈ ਥਿੰਕ ਆਮ ਗੋਨਾ ਡੂ ਦਿਸ ਮੋਰ ਕੰਸਿਸਟੈਂਟਲੀ ਨਾਓ ਸੋ ਹੁਣ ਉਹ 250 ਰੈਪ ਵੀ ਨਹੀਂ ਹੋ ਪਾਏ 225 ਹੋਇਆ ਅਤੇ ਵੀ ਹੈਵ ਟੂ ਮੇਕ ਅਪ ਐਂਡ ਡੂ ਲਾਈਕ 2 ਸੈਟਸ ਆਫ ਲੈਗ ਪ੍ਰੈਸ 2 ਸੈਟਸ ਆਫ ਲੈਗ ਐਕਸਟੈਂਸ਼ਨ ਕਰ ਲਾਂਗੇ ਰੈਪੀਟੀਸ਼ਨ ਨਾਲ ਤਾਂ ਕਿ ਥੋੜ੍ਾ ਜਿਹਾ ਡਿਫਰੈਂਟ ਹੋ ਜਾਏ ਨੀ ਸ਼ੁਡ ਅਲਾਈਨ ਦਿਸ ਰੈਡ ਪੁਆਇੰਟ ਅੱਗੇ ਪਿੱਛੇ ਨਾ ਹੋਵੇ ਨਾ ਜੋ ਹੈਵੀ 3-5-6 ਟੋਜ਼ ਉੱਪਰ ਰੱਖਣੇ ਹਮੇਸ਼ਾ ਟੋਜ਼ ਆਪਣੇ ਵੱਲ ਰੱਖਣੇ ਐਵੇਂ ਨਹੀਂ ਰੱਖਣੇ ਟੋਜ਼ ਆਪਣੇ ਵੱਲ ਵੈਰੀ ਨਾਈਸ ਕਮ ਔਨ ਇਨਹੇਲ ਐਕਸਹੇਲ ਇਨਹੇਲ ਵਿਲ ਡੂ ਵਨ ਮੋਰ ਸੈਟ
ਯੂ ਸੀ ਦਿਸ 250 ਰੈਪ ਮਾਰ ਕੇ 225 ਰੈਪ ਸੋਰੀ ਕਰਕੇ ਕਿੱਦਾਂ ਸ਼ੇਕ ਕਰਨੀਆਂ ਲੈਗਸ ਟੂ ਸੈਟਸ ਲੈਗ ਕੋ ਵੇਟ ਮੋਡਰੇਟ ਰੱਖਣਾ ਹੈ ਰੈਪ ਲਾਈਕ 15-16 ਰੈਪਸ ਐਸ ਟੂ 1-2 Feels good. Repetition sucks, man. Repetition sucks. Reps ਲਾਉਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਭਾਰ ਚੁੱਕਣਾ ਇਜ਼ ਅ ਲੋਟ ਈਜ਼ੀਅਰ 185 ਕਿਲੋ ਫੋਰ 2 ਰੈਪਸ ਇਜ਼ ਲੋਟ ਈਜ਼ੀ ਇਟ ਫੀਲਸ ਈਜ਼ੀ ਰਾਈਟ ਨਾਓ ਇਟਸ ਨਾਟ ਈਜ਼ੀ ਬਟ ਆਈ ਗੈਸ ਅਗਰ ਕੰਟੀਨਿਊਟੀ ਅਤੇ ਅਗਰ ਰੈਪੀਟੀਸ਼ਨ ਜ਼ਿਆਦਾ ਲਾਉਂਦੇ ਰਹੋ ਤਾਂ ਵੀ ਉਹ ਵੀ ਆਸਾਨ ਲੱਗਣੇ ਸ਼ੁਰੂ ਕਰ ਦੇਣਗੇ ਫਿਰ ਸ਼ੌਕ ਕਰਨ ਲਈ ਹੈਵੀ ਲਾਉਣਾ ਪਏਗਾ ਸੋ ਯੂ ਕੈਨ ਟਰਾਈ ਦਿਸ ਸ਼ੌਕ ਟੈਕਨੀਕ ਇਨ ਐਵਰੀ ਬਾਡੀ ਪਾਰਟ ਕਦੇ ਆਰਮਸ ਕਰਨੇ ਕਦੇ ਉਹਦੇ 'ਚ ਰੈਪੀਟੀਸ਼ਨ ਜ਼ਿਆਦਾ ਲਾਉਣੇ ਸ਼ੁਰੂ ਕਰ ਦਿਓ ਹਫ਼ਤੇ 3-4 ਹਫ਼ਤੇ ਬਾਅਦ ਇੱਕ ਵਾਰੀ ਰੈਪਸ ਲਾਓ ਚੈਸਟ ਲਾਉਣੀ ਹੈ ਉਹਦੇ 'ਚ ਰੈਪਸ ਲਾ ਦਿਓ ਲਾਈਕ ਪੁਸ਼ਅਪਸ ਹੀ ਲਾਓ ਬਾਡੀ ਵੇਟ ਐਕਸਰਸਾਈਜ਼ ਉਹ ਮੇਕ ਸ਼ੋਰ ਕਿ ਬਲੱਡ ਤੁਹਾਡਾ ਜਿੰਨਾ ਫਲੋ ਹੋਏਗਾ ਨਾ ਉਸ ਦਿਨ ਯੂਲ ਸੀ ਦਾ ਡਿਫਰੈਂਸ ਯੋਰ ਸੈਲਫ ਸੇਮ ਹੁਣ ਅਸੀਂ ਕਰੈਂਪ ਕਰਕੇ ਲੰਬੇ ਵੀ ਨਹੀਂ ਪਿਆ ਜਾ ਰਿਹਾ ਸੇਮ ਹੁਣ ਅਸੀਂ ਲੈਗ ਪ੍ਰੈਸ ਲਾਉਣੀ ਹੈ 2 ਸੈਟ ਅਗੇਨ ਇਹਦੇ ਧਿਆਨ ਰੱਖਣੇ ਫੇਲੀਅਰ ਰੈਪ ਰੱਖਣੇ ਆ ਅਤੇ ਚੈੱਕ ਦਾ ਮੂਵਮੈਂਟ ਪ੍ਰੋਪਰਲੀ ਹਿਪਸ ਨਹੀਂ ਉੱਠਣੇ ਐਂਡ ਨੀਜ਼ ਨੂੰ ਸਿਰਫ 90 ਡਿਗਰੀ ਤੱਕ ਬੈਂਡ ਕਰਨਾ ਮੇਕ ਸ਼ੋਰ ਯੂਰ ਹਿਪਸ ਡੋਂਟ ਗੈਟ ਯੂ ਨੋ ਲਿਫਟ ਫਰੋਮ ਦਾ ਬਾਟਮ ਰੈਪ ਉਦੋਂ ਤੱਕ ਲਾਉਣੇ ਆ ਜਦ ਤੱਕ ਯੂ ਡੋਂਟ ਫੀਲ ਦ ਬਰਨ ਇਨ ਯੂਰ ਲੈਗਸ ਲਾਈਕ 20-25 ਰੈਪ ਡਜ਼ਨਟ ਮੈਟਰ ਜਦੋਂ ਲੱਗੇ ਹੁਣ ਨਹੀਂ ਹੋਣੇ ਉਦੋਂ ਹੀ ਤੁਸੀਂ 3-4 ਰੈਪ ਹੋਰ ਖਿੱਚਣੇ ਦੈਟ ਇਜ਼ ਲਾਈਕ ਫੇਲੀਅਰ ਤੱਕ ਕਰਨਾ ਲਿਟਰਲੀ 4 ਰੈਪ ਲਗਾ ਕੇ ਲਾਸਟ ਵਾਲੇ ਜਿਹੜੇ ਆਖਰੀ 4 ਲਿਟਰਲੀ ਚੱਕਰ ਆ ਰਹੇ ਲਾਈਕ ਤਾਰੇ ਨਜ਼ਰ ਆ ਰਹੇ ਅੱਖਾਂ ਦੇ ਸਾਹਮਣੇ ਵੈਸੇ ਤਾਂ ਮੈਂ ਐਮਪੀ ਸਟਮਡ ਵਰਕਆਊਟ ਕਰਨਾ ਅੱਛਾ ਲੱਗਦਾ ਮੈਨੂੰ ਬਟ ਜਿਸ ਦਿਨ ਲੈਗਸ ਹੁੰਦੀਆਂ ਆਈ ਮੇਕ ਸ਼ੋਰ ਮੈਂ ਕੁਛ ਖਾ ਕੇ ਆਵਾਂ ਅੱਜ ਮੋਸਟਲੀ ਮੇਰਾ ਪ੍ਰੀ ਵਰਕਆਊਟ ਜਿਹੜਾ ਹੁੰਦਾ ਉਹ ਬ੍ਰੈਡ ਬਟਰ ਬਲੈਕ ਕਾਫੀ ਕੋਕੋਨਟ ਆਇਲ ਬਲੈਕ ਸਾਲਟ ਇਹ ਹੁੰਦਾ ਮੈਂ ਖਾ ਕੇ ਆਵਾਂ ਐਂਡ ਨਾਲੋ ਨਾਲ ਮੈਂ ਇਹ ਵੀ ਲੈ ਰਿਹਾ ਐਸੈਂਸ਼ਲ ਅਮੀਨੋ ਐਸਿਡ ਬਟ ਸਟਿਲ ਜਿਹੜਾ ਇਹ ਸ਼ੌਕ ਆਲ ਓਵਰ ਕੋੜਾ ਚੱਕਰ ਲਿਟਰਲੀ ਕਿਉਂਕਿ ਬਲੱਡ ਬਹੁਤ ਜ਼ਿਆਦਾ ਫਲੋ ਹੋ ਰਿਹਾ ਇਸ ਟਾਈਮ ਲੈਗਸ 'ਚ ਤਾਂ ਮੇਕ ਸ਼ੋਰ ਅਸੀਂ ਤੁਸੀਂ ਵਰਕਆਊਟ ਕਰਨ ਤੋਂ ਬਾਅਦ ਕੂਲ ਡਾਊਨ ਸਟਰੈਚ ਵੀ ਕਰੋ ਫੋਰ ਯੂਰ ਕੁਆਡਸ ਕੂਲ ਡਾਊਨ ਸਟਰੈਚ ਫੋਲਡ ਯੂਰ ਨੀਜ਼ ਐਂਡ ਜਸਟ ਸਿਟ ਹੋਲਡ ਫੋਰ 30 ਸੈਕਿੰਡਸ ਪਿੱਛੇ ਜਾ ਸਕਦੇ ਹੋ ਜਿੰਨਾ ਪਿੱਛੇ ਉਨਾ ਬੈਟਰ ਹੈ ਇਹ ਵਾਲਾ ਯੋਗਾ ਪੋਜ਼ ਪਤਾ ਨਹੀਂ ਇਹਨੂੰ ਕਿਹੜਾ ਪੋਜ਼ ਕਹਿੰਦੇ ਬਟ ਯੋਗਾ 1-2-3-4-5-6 ਹੈਮਸਟ੍ਰਿੰਗ ਸਟ੍ਰੈਚ ਕੂਲ ਡਾਊਨ ਸਰ ਲੈਟਸ ਡੂ ਸਮ ਐਬਸ ਕ੍ਰੰਚਸ ਓਨਲੀ ਪੈਰ ਉੱਪਰ ਕਰਕੇ ਸੋ ਗਾਈਸ ਦਿਸ ਕੰਕਲੂਡਸ ਆਵਰ ਲੈਗਸ ਵਰਕਆਊਟ ਕੂਲ ਡਾਊਨ ਸਟ੍ਰੈਚਿੰਗ ਡੋਂਟ ਫੋਰਗੇਟ ਟੂ ਲਾਈਕ ਐਂਡ ਫੋਲੋ ਐਂਡ ਸ਼ੇਅਰ ਵਿਦ ਯੋਰ ਫਰੈਂਡਸ ਐਂਡ ਜਲਦੀ ਅਸੀਂ ਨਿਊ ਵਲੌਗ ਲੈ ਕੇ ਆਵਾਂਗੇ ਅਦਰ ਬੋਡੀ ਪਾਰਟ ਜਾਂ ਕੁਛ ਹੋਰ ਕਿਸੇ ਨੂੰ ਕੁਐਸਚਨ ਹੈਗਾ ਯੂ ਕੈਨ ਆਸਕ ਮੀ ਇਫ ਯੂ ਹੈਵ ਐਨੀ ਰਿਸਟ੍ਰਿਕਸ਼ਨ ਇੰਜਰੀ ਤੁਸੀਂ ਕਮੈਂਟ 'ਚ ਲਿਖ ਸਕਦੇ ਹੋ
and I'll try to make a video on that too. So because I'm your trainer, I've been doing this for like 25 years. I'm your corrective workout specialist. So generally koi restriction hai, anyone who is in special population, I can help you with your workouts.